ਰਿਕ ਨੇ ਸਿੰਪਟਮਸ ਤੇ ਸਾਈਨ ਆਫ ਸੂਸਾਈਡਸ ਦੀ ਇੱਕ ਗੱਲ ਕੀਤੀ ਸੀ। ਸੋ ਡਾਕਟਰ ਸਾਹਿਬ, ਜੇ ਤੁਸੀਂ ਥੋੜ੍ਹਾ ਜਿਹਾ ਆਮ ਲੋਕਾਂ ਨੂੰ ਵੀ ਜਿਹੜਾ ਉਹ ਦੱਸੋ ਵੀ ਜੇ ਕੁਛ ਅਜਿਹੇ ਸਿੰਪਟਮਸ ਜਾਂ ਸਾਈਨਸ ਦਾ ਜੇ ਆਪਾਂ ਨੂੰ ਪਤਾ ਹੋਵੇ, ਕਈ ਵਾਰੀ ਜਿਹੜਾ ਨਾਲ ਦਾ ਆ, ਜਿੱਦਾਂ ਆਪਾਂ ਕਹਿੰਦੇ ਵੀ ਆਪਾਂ ਤਾਂ ਅੱਜ ਕੱਲ੍ਹ ਇਹ ਆਪਣੀ, ਚਲੋ ਚਿਹਰੇ ਤੋਂ ਹੀ ਇਹ ਚੀਜ਼ ਆ ਬੜੀ ਟੈਬੂ ਆ, ਸਟਿਗਮਾ ਆ, ਗੱਲ ਨਹੀਂ ਕਰਦੇ, ਅੰਡਰ ਦਾ ਕਾਰਪੇਟ ਆਪਾਂ ਗੱਲ ਕਰਦੇ ਹਾਂ, ਜੇ ਨਾਲ ਦੇ ਨੂੰ ਪਤਾ ਲੱਗ ਜੇ ਤਾਂ ਫਿਰ ਐਟਲੀਸਟ ਉਹ ਕਿਹੜੇ ਸਾਈਨਸ ਦੇ ਸਿੰਪਟਮਸ ਦਾ ਧਿਆਨ ਰੱਖੇ। ਹਾਂਜੀ, ਮੈਂ ਜੇ ਗੱਲ ਕਰਾਂ ਤੇ ਪਹਿਲੀ ਗੱਲ ਆ ਵੀ ਡਿਪਰੈਸ਼ਨ ਦੀ ਆਪਾਂ ਗੱਲ ਕਰ ਲਈਏ, ਜੇ ਹਾਂਜੀ ਇਨ ਜਨਰਲ ਜੇ ਤੁਸੀਂ ਗੱਲ ਕਰੋ ਮੈਂਟਲ ਹੈਲਥ ਦੀ, ਤਾਂ ਉਹਦੇ 'ਚ ਇਹ ਹੈ ਵੀ ਜਦੋਂ ਕਿਸੇ ਵੀ ਤੁਹਾਡੇ ਨਜ਼ਦੀਕੀ ਦਾ, ਤੁਹਾਡੇ ਬੇਟੇ ਦਾ, ਬੇਟੀ ਦਾ, ਤੁਹਾਡੇ ਫੈਮਿਲੀ ਮੈਂਬਰ ਦਾ, ਫਰੈਂਡ ਦਾ, ਜਦੋਂ ਬਿਹੇਵੀਅਰ ਸਡਨਲੀ ਚੇਂਜ ਹੋ ਰਿਹਾ ਕਿਸੇ ਕਾਰਨ ਕਰਕੇ, ਇੱਕ ਦੋ ਦਿਨ ਵਾਸਤੇ ਚੇਂਜ ਹੋ ਰਿਹਾ, ਚਲੋ ਕੋਈ ਗੱਲ ਨਹੀਂ, ਪਰ ਜੇ ਹਫ਼ਤਾ, ਦੋ ਹਫ਼ਤੇ, ਤਿੰਨ ਹਫ਼ਤੇ, ਮਹੀਨਾ ਵਧੀ, ਉਹ ਚੇਂਜ ਹੋ ਗਿਆ ਬਿਹੇਵੀਅਰ ਕਿਸੇ ਕਾਰਨ ਕਰਕੇ, ਉਹ ਆਪਣਾ ਧਿਆਨ ਨਹੀਂ ਰੱਖ ਰਿਹਾ, ਨਹਾਉਣਾ ਧੋਣਾ ਉਹਨੇ ਬੰਦ ਕਰਤਾ, ਜਾਂ ਕਮਰੇ 'ਚ ਬੰਦ ਰਹਿ ਰਿਹਾ, ਜਾਂ ਉਹਦਾ ਮੂਡ ਇੱਕੋ ਦਮ ਪਹਿਲਾਂ ਠੀਕ ਰਹਿੰਦਾ ਸੀ, ਹੁਣ ਉਹ ਥੋੜ੍ਹਾ ਇਰੀਟੇਬਲ ਜਿਹਾ ਹੋ ਗਿਆ, ਚਿੜਚਿੜਾ ਹੋ ਗਿਆ, ਜਾਂ ਉਹਦਾ ਰਾਤ ਨੂੰ ਉਹਦੀ ਨੀਂਦ ਦਾ ਪੈਟਰਨ ਚੇਂਜ ਹੋ ਗਿਆ, ਵੀ ਉਹ ਰਾਤੀ ਪਹਿਲਾਂ ਠੀਕ ਠਾਕ ਸੌਂਦਾ ਹੁੰਦਾ ਸੀ, ਹੁਣ ਸਾਰੀ ਰਾਤ ਜਾਗਦਾ ਰਹਿੰਦਾ, ਸਵੇਰੇ ਸੌਂਦਾ, ਜਾਂ ਆਪਦੇ ਦੋਸਤਾਂ ਨਾਲੋਂ ਕੱਟ ਗਿਆ, ਜਾਂ ਆਪਣੇ ਘਰਦਿਆਂ ਨਾਲੋਂ ਕੱਟ ਗਿਆ, ਜੇ ਉਹਦੇ ਬਿਹੇਵੀਅਰ ਚੇਂਜ ਹੋ ਰਹੇ ਹੈ ਕਿਸੇ ਕਾਰਨ ਕਰਕੇ, ਤਾਂ ਉਹ ਜਿਵੇਂ ਕਹਿ ਲਓ ਵੀ ਨੋਰਮਲ ਪੇਸ਼ੈਂਟ ਦੇ ਵਿੱਚ ਜੇ ਇਨਫੈਕਸ਼ਨ ਹੈ ਤਾਂ ਉਹਨੂੰ ਬੁਖਾਰ ਹੋਊਗਾ, ਤੇ ਜੇ ਸਾਈਕੈਟ੍ਰਿਕ ਪੇਸ਼ੈਂਟ ਹੈ, ਜੇ ਉਹਨੂੰ ਮੈਂਟਲ ਇਲਨੈਸ ਹੋਊਗੀ, ਤਾਂ ਉਹਦਾ ਬਿਹੇਵੀਅਰ ਚੇਂਜ ਹੋਣਗੇ, ਤੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਸਿੰਪਟਮ ਆਉਣ ਲੱਗਣਗੇ ਵੀ ਉਹਦੇ ਬਿਹੇਵੀਅਰ ਚੇਂਜ, ਤੁਹਾਨੂੰ ਇਹ ਨਹੀਂ ਪਤਾ ਲੱਗੂਗਾ, ਨਾ ਹੀ ਉਹ ਦੱਸੂਗਾ ਤੁਹਾਨੂੰ ਵੀ ਮੈਂ ਡਿਪਰੈਸਡ ਹਾਂ, ਬਟ ਉਹਦੇ ਬਿਹੇਵੀਅਰ ਚੇਂਜ ਹੋਣ ਲੱਗ ਜਾਣਗੇ, ਉਹਦੇ 'ਚ ਕੋਈ ਨਾ ਕੋਈ ਫਰਕ ਪੈਣ ਲੱਗ ਜੂਗਾ, ਉਦੋਂ ਤੁਹਾਨੂੰ ਸੋਚਣਾ ਚਾਹੀਦਾ ਵੀ ਹਾਂ ਵੀ ਸ਼ਾਇਦ ਕੁਛ ਹੈ ਇੱਥੇ, ਉਦੋਂ ਫਿਰ ਤੁਹਾਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਵੀ ਕੀ ਚੱਲ ਰਿਹਾ, ਕੀ ਤੁਹਾਨੂੰ ਪ੍ਰੋਫੈਸ਼ਨਲ ਦੀ ਲੋੜ ਹੈ, ਜਾਂ ਤੁਹਾਨੂੰ ਕਿਸੇ ਥੈਰਾਪਿਸਟ ਕੋਲ ਲੈ ਜਾਈਏ, ਉੱਥੋਂ ਕੰਮ ਸ਼ੁਰੂ ਹੁੰਦਾ। ਫਿਰ ਕਈ ਵਾਰੀ ਪੇਸ਼ੈਂਟ ਜਿਹੜੇ ਹੈਗੇ ਆ, ਉਹ ਵੇਗ ਡਿਪਰੈਸ਼ਨ ਦੇ ਵਿੱਚ ਸਪੈਸ਼ਲੀ, ਉਹ ਵੇਗ ਜਿਹੀਆਂ ਗੱਲਾਂ ਕਰਨ ਲੱਗ ਜਾਣਗੇ ਬਈ ਜੀਣ ਦਾ ਕੋਈ ਫਾਇਦਾ ਨਹੀਂ ਹੈ, ਜ਼ਿੰਦਗੀ 'ਚ ਕੋਈ ਰਸ ਨਹੀਂ ਰਿਹਾ, ਜਾਂ ਆਮ ਕਰਕੇ ਕਈ ਵਾਰੀ ਐਂ ਵੀ ਹੁੰਦਾ ਵੀ ਪੇਸ਼ੈਂਟ ਜਿਹੜੇ ਹੈਗੇ ਆ, ਲੌਂਗ ਟਰਮ ਗੋਲਸ ਜਿਹੜੇ ਆਪਾਂ ਸਾਰੇ ਬਣਾਉਂਦੇ ਹਾਂ ਬਈ ਮੇਰਾ ਬੱਚਾ ਜਦੋਂ ਵੱਡਾ ਹੋਊਗਾ ਮੈਂ ਇਹ ਕਰੂੰਗਾ, ਮੈਂ ਆਪਣੇ ਬੱਚੇ ਨੂੰ ਇੱਥੇ ਸਕੂਲ 'ਚ ਭੇਜਣਾ ਹੈ, ਲੌਂਗ ਟਰਮ ਗੋਲਸ ਬਣਾਉਂਦੇ ਹਾਂ ਆਪਾਂ। ਜਿਹੜੇ ਡਿਪਰੈਸਡ ਪੇਸ਼ੈਂਟ ਹੋਣਗੇ ਉਹ ਲੌਂਗ ਟਰਮ, ਸਪੈਸ਼ਲੀ ਜਿਹੜੇ ਸੁਸਾਈਡ ਬਾਰੇ ਸੋਚ ਰਹੇ ਆ, ਉਹ ਲੌਂਗ ਟਰਮ ਗੋਲਸ ਬਣਾਉਣੇ ਬੰਦ ਕਰ ਦਿੰਦੇ ਆ, ਕਿਉਂਕਿ ਉਹ ਜ਼ਿੰਦਗੀ ਨੂੰ ਲੰਬੇ ਦੇਖ ਹੀ ਨਹੀਂ ਰਹੇ, ਜੀਣ ਬਾਰੇ ਸੋਚਦੇ ਹੀ ਨਹੀਂ, ਸੋਚਦੇ ਨਹੀਂ ਹੈਗੇ, ਤੋ ਇਹ ਜਿਹੀਆਂ ਗੱਲਾਂ ਕਰਨ ਲੱਗ ਜਾਣਗੇ ਵੀ ਜ਼ਿੰਦਗੀ ਦਾ ਫਾਇਦਾ ਕੋਈ ਨਹੀਂ ਹੈ, ਜਾਂ ਉਹ ਆਪਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਪ੍ਰੋਪਰਟੀ ਹੈਗੀ ਆ, ਉਹਨੂੰ ਸੰਭਾਲਣ ਲੱਗ ਜਾਣਗੇ ਬੜੀ ਛੋਟੀ ਉਮਰ 'ਚ, ਜਾਂ ਉਸ ਉਮਰ 'ਚ ਜਿੱਥੇ ਉਹਨਾਂ ਨੂੰ ਇਹੋ ਜਿਹਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ, ਉਹ ਖਤਰੇ ਦੀ ਘੰਟੀ ਹੈ ਤੁਹਾਡੇ ਵਾਸਤੇ ਜੋ ਇਹ ਜਿਹਾ। ਤੇ ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਸੁਸਾਈਡ ਬਾਰੇ ਗੱਲ ਕਰਦਾ, ਹਾਂਜੀ, ਤਾਂ ਉਹਨੂੰ ਆਈ ਚਲਾਈ 'ਚ ਨਾ ਲਓ, ਕਦੀ ਵੀ ਨਹੀਂ ਲੈਣਾ ਚਾਹੀਦਾ, ਸੁਸਾਈਡ ਦੀ ਗੱਲ ਕਦੀ ਵੀ ਆਈ ਚਲਾਈ ਵਾਲੀ ਗੱਲ ਨਹੀਂ ਹੁੰਦੀ, ਉਹ ਹਮੇਸ਼ਾ ਹੀ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ, ਅਲਾਰਮਿੰਗ ਸਿਚੁਏਸ਼ਨ, ਹਾਂਜੀ, ਉਹਨੂੰ ਸੀਰੀਅਸ ਲੈਣਾ ਚਾਹੀਦਾ, ਉਹ ਇੱਕ ਤਰ੍ਹਾਂ ਵਾਰਨਿੰਗ ਸਿਚੁਏਸ਼ਨ। ਜੀ ਜੀ ਜੀ, ਸੋ ਬਿਲਕੁਲ, ਸੋ ਜਿੱਦਾਂ ਇਹਨਾਂ ਨੇ ਸਾਈਨਸ ਸਿੰਪਟਮ ਜਿਹੜੇ ਦੱਸੇ, ਤੇ ਇੱਕ ਇੱਥੇ ਨਾਲ ਇਹ ਸਵਾਲ ਡਾਕਟਰ ਸਾਹਿਬ ਵੀ, ਜਿਹੜਾ ਕੋਈ ਬੰਦਾ ਇੱਦਾਂ ਮੈਂਟਲ ਬ੍ਰੇਕ ਚੋਂ ਲੰਘ ਰਿਹਾ ਜਾਂ ਜਿਹਨੂੰ ਇੱਦਾਂ ਦੀ ਇਲਨੈਸ ਆ, ਉਹਦੇ ਨਾਲ ਗੱਲ ਕਿੱਦਾਂ ਕੀਤੀ ਜਾਵੇ ਵੀ ਭਾਈ ਤੈਨੂੰ ਹੈਲਪ ਦੀ ਜ਼ਰੂਰਤ ਆ, ਵੀ ਤੂੰ ਹੈਲਪ ਲਵੇਂ, ਵੀ ਉਹਨੂੰ ਵੀ ਤੂੰ ਹੈਲਪ ਲਈ ਉਹਨੂੰ ਪ੍ਰੇਰਨਾ ਕਿੱਦਾਂ ਜਿਹੜੀ ਉਹ ਦੇ ਸਕਦੇ ਆ, ਬਿਕੋਜ਼ ਜਿੱਦਾਂ ਤੁਸੀਂ ਕਿਹਾ ਵੀ ਉਹ ਮੰਨਦੇ ਤੇ ਹੁੰਦੇ ਨਹੀਂ ਵੀ ਸਾਨੂੰ ਕੋਈ ਪ੍ਰੋਬਲਮ। ਹਾਂਜੀ, ਉਹਦੀ ਇੱਕ ਸਪੈਸੀਫਿਕ ਜਿਵੇਂ ਰਿਕ ਨੇ ਦੱਸਿਆ ਸੀ ਵੀ ਅਸੀਂ ਮੈਂਟਲ ਹੈਲਥ ਫਸਟ ਏਡ ਦਾ ਅਸੀਂ ਪੂਰਾ ਪ੍ਰੋਗਰਾਮ ਚਲਾਉਂਦੇ ਹਾਂ, ਉਹ ਹੈ ਹੀ ਪ੍ਰੋਗਰਾਮ ਇਸ ਚੀਜ਼ ਦਾ ਵੀ ਤੁਸੀਂ ਪੇਸ਼ੈਂਟਸ ਦੇ ਨਾਲ ਗੱਲ ਕਿਵੇਂ ਕਰਨੀ ਹੈ ਆਪਣੇ ਘਰ ਦੇ ਲੈਵਲ ਤੇ, ਇਹ ਨਹੀਂ ਵੀ ਤੁਸੀਂ ਉਹਨਾਂ ਨੂੰ ਡਾਇਗਨੋਸ ਕਰਨਾ, ਇਹ ਵੀ ਨਹੀਂ ਵੀ ਤੁਸੀਂ ਉਹਨਾਂ ਨੂੰ ਕੋਈ ਟ੍ਰੀਟਮੈਂਟ ਪ੍ਰੋਵਾਈਡ ਕਰਨੀ ਹੈ, ਸਿਰਫ ਤੁਸੀਂ ਗੱਲ ਕਿਵੇਂ ਕਰਨੀ ਹੈ, ਉਸ ਦਾ ਪੂਰਾ ਅਸੀਂ ਟ੍ਰੇਨਿੰਗ ਕੋਰਸ ਚਲਾਉਂਦੇ ਹਾਂ, ਉਹ ਅਸੀਂ ਜੇ ਗੁਰਦੁਆਰਾ ਸਾਹਿਬ ਸਾਡੇ ਇੱਥੇ ਹੈਗੇ ਨੇ, ਜੇ ਕੋਈ ਵੀ ਗੁਰਦੁਆਰਾ ਸਾਹਿਬ ਚਾਹੁੰਦਾ ਵੀ ਅਸੀਂ ਉਹ ਮੈਂਟਲ ਹੈਲਥ ਫਸਟ ਏਡ ਦਾ ਪ੍ਰੋਗਰਾਮ ਉੱਥੇ ਲੈ ਕੇ ਜਾਈਏ, ਤਾਂ ਅਸੀਂ ਉੱਥੇ ਉਹ ਆਪਣੇ ਸਪੈਸੀਫਿਕ ਟ੍ਰੇਨਰ ਜਿਹੜੇ ਹੈਗੇ ਉੱਥੇ ਭੇਜਾਂਗੇ, ਪੰਜਾਬੀ ਸਪੀਕਿੰਗ ਵੀ ਜਾਣਗੇ ਨਾਲ ਜੇ ਉਹਨਾਂ ਨੂੰ ਲੋੜ ਹੈ ਤਾਂ, ਤੇ ਉਹ ਉੱਥੇ ਜਾ ਕੇ ਪੂਰੀ ਸੰਗਤ ਨੂੰ ਟ੍ਰੇਨਿੰਗ ਦੇਣਗੇ ਉਸ ਚੀਜ਼ ਦੀ ਵੀ ਤੁਸੀਂ ਆਪਣੇ ਜਿਹੜਾ ਤੁਹਾਡਾ ਘਰ ਦੇ ਆ ਜਾਂ ਤੁਹਾਡੇ ਫਰੈਂਡਸ ਨੇ ਉਹਨਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਇਸ ਚੀਜ਼ ਬਾਰੇ, ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾ ਸਕੇ ਵੀ ਤੁਸੀਂ ਅੱਗੇ ਟ੍ਰੀਟਮੈਂਟ ਲਓ।